ਤੂੰ ਸਾਹਿਬ ਗੁਣੀ ਨਿਧਾਨਾ ਤੇਮਰੀ ਮਹਿਮਾ ਵਰਨ ਨਾ ਸਾਕੂੰ ਤੂੰ ਝਾਕਰ ਊਚ ਭਗਵਾਨਾ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਆਵਗਣ ਨਾਮ ਵਿਚਾਰ ਹੋ ਕੋਈ ਮਾਟੀ ਕਾ ਕਿਆ ਧੂਪੈ ਸੁਆਮੀ ਮਾਨਸ ਕੀ ਗਤਿ 에ਹੀ ਮਾਨਸ ਕੀ ਗਤਿ 에ਹੀ ਸੋਹੀ ਮਹਲਾ ਪੰਜਵਾਂ ਜਿਸਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਭੋਲ ਨਾ ਜਾਣੈ ਮਾਇਆ ਮਦਮਤਾ ਮਰਣਾ ਚੀਤਨਾ ਆਵੇ ਮੇਰੇ ਰਾਮ ਰਾਏ ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕੋ ਭਉ ਕਿਛ ਨਾਹੀ ਜਮ ਨਹੀਂ ਆਵਨੇ ਰਹਉ ਜੋ ਤੇਰਾ ਰੰਗ ਰਾਤੇ ਸੁਆਮੀ ਤਿੰਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ ਨਾ ਮਿਟੈ ਕੋਈ ਸਤਗੁਰ ਕਾ ਦਿਲਾਸਾ ਨਾਮ ਧਿਆਇਨ ਸੁਖ ਫਲ ਪਾਇਨ ਆਠ ਪਹਿਰ ਅਰਾਧੇ ਤੇਰੀ ਸ਼ਰਨ ਤੇਰਾ ਪਰਵਾਸੈ ਪੰਛ ਦੁਸ਼ਟ ਲਾ ਸਾਧੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾ ਨਾ ਜਾਣ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ engine kal rakhi meri tan tan siri guru grant sahib ji sachae paadsha jabar takht te malik rajan raj satguru ji gadib nawal sachae paadsha ji ne apne sabnaate tars khaake eh supagha sama bakhshya ਆਓ ਆਪਾਂ ਸਾਰੇ ਇਸ ਕਾਗਲ ਚਿਤ ਹੋ ਕਰਕੇ ਹੱਥ ਜੋੜ ਕੇ ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਵੱਲ ਸੀਸ ਨਵਾ ਕੇ ਤਾਂ ਸਾਰਿਆਂ ਨੇ ਪ੍ਰੇਮ ਸਹਿਤ ਗਾਜ ਵਾਜ ਕੇ ਉਹ ਕਲਗੀਧਰ ਸੱਚੇ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਫਤਿਹ ਸਾਰਿਆਂ ਨੇ ਸਾਂਝ ਪਾਣੀ ਤਾਂ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਸੱਚੇ ਪਾਤਸ਼ਾਹ ਜੀ ਨੇ ਇਸ ਕੈਂਪ ਵਾਸਤੇ ਜਿਹੜਾ ਹੁਕਮਨਾਮਾ ਬਖਸ਼ਿਆ ਜਦੋਂ ਮਨਾਂ ਵਿੱਚ ਇਹਨਾਂ ਨੇ ਸੋਚਿਆ ਕੈਂਪ ਕਰਨ ਵਾਸਤੇ ਤਾਂ ਸਤਗੁਰੂ ਜੀ ਪਾਤਸ਼ਾਹ ਜੀ ਨੂੰ ਤੂੰ ਆਗਿਆ ਜਦੋਂ ਲਈ ਤਾਂ ਸਤਗੁਰੂ ਜੀ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਜੀ ਪਾਤਸ਼ ਦੇ ਰੂਪ ਵਿੱਚ ਆਖਿਆ ਕਿ ਜਿਸ ਕੇ ਸਿਰ ਉਪਰ ਤੂੰ Swami ਸੋ ਦੁੱਖ ਕੈਸਾ ਭਾਵੇ ਆਮ ਕਰਕੇ ਜਦੋਂ ਆਪਾਂ ਇਸ ਸ਼ਬਦ ਨੂੰ ਸੁਣਦੇ ਹਾਂ ਜਾਂ ਪੜ੍ਹਦੇ ਹਾਂ ਆਪਾਂ ਇਸ ਪੰਕਤੀਆਂ ਨਾਲ ਸਾਰੇ ਜੁੜਦੇ ਹਾਂ ਜਿੰਨੂੰ ਵੀ ਆਪਾਂ ਪੁੱਛ ਲਈਏ ਤਕਰੀਬਨ ਜਿਹੜਾ ਵੀ ਗੁਰੂ ਨਾਨਕ ਦੇ ਘਰ ਨਾਲ ਜੁੜਿਆ ਹੈ ਉਸ ਨੂੰ ਇਹ ਪੰਕਤੀਆਂ ਯਾਦ ਹਨ ਜਦੋਂ ਵੀ ਆਪਾਂ ਇਹ ਪੰਕਤੀਆਂ ਬੋਲਦੇ ਹਾਂ ਤਾਂ ਸਾਰੇ ਨਾਲ ਇਹ ਪੰਕਤੀਆਂ ਬੋਲ ਸਕਦੇ ਹਾਂ ਪਰ ਜਦੋਂ ਦਾਸ ਇਥੇ ਜਦੋਂ ਪਲੇਨ ਜਦੋਂ ਲੈਂਡ ਹੋਇਆ ਨਾ ਭਾਵੇਂ ਉਦੋਂ ਥੋੜਾ ਜਿਹਾ ਅਨਿੰਦਾ ਸੀ ਪਰ ਰਸਤੇ ਵਿੱਚ ਨਾ ਜਦੋਂ ਘਰ ਨੂੰ ਆ ਰਹੇ ਸੀਗੇ ਅਸੀਂ 에어ਪੋਰਟ ਤੋਂ ਤਾਂ ਇਹ ਜਦੋਂ ਸ਼ਬਦ ਵਾਲ ਦੇਖਿਆ ਨੇ ਇੱਕ ਪੰਕਤੀ ਮੇਰੇ ਮਨ ਨੂੰ ਬੜੀ ਲੱਗੀ ਜਿੱਥੇ ਪਾਤਸ਼ਾਹ ਜੀ ਨੇ ਰਹਾਉ ਦੀ ਪੰਕਤੀ ਤੋਂ ਬਾਅਦ ਨਾ ਜਦੋਂ ਧੰਸੀ ਦੀ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਨੇ ਜਦੋਂ ਆਖਿਆ ਨਾ ਕਹਿੰਦੇ ਜੋ ਤੇਰੇ ਰੰਗ ਰਾਤੇ ਸੁਆਮੀ ਤਿੰਨ ਕਾ ਜਨਮ ਮਰਨ ਦੁਖ ਨਾਸਾ ਇਹ ਜਦੋਂ ਪੰਕਤੀਆਂ ਪੜ੍ਹੀਆਂ ਨਾ ਜਦੋਂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਹਿੰਦੇ ਜੋ ਤੇਰੇ ਰੰਗ ਰਾਤੇ ਸੁਆਮੀ ਤਿੰਨ ਕਾ ਜਨਮ ਮਰਨ ਦੁਖ ਨਾਸਾ ਤੇ ਇਹ ਮਨ ਨੂੰ ਪੜੀਆਂ ਨਾ ਇਹ ਪੰਕਤੀਆਂ ਪੜ੍ਹੀਆਂ ਮਨ ਨੂੰ ਲੱਗੀਆਂ ਤਾਂ ਜਦੋਂ ਫੇ ਕੱਲ ਇਹ ਮਨ ਵਿੱਚ ਇਹ ਪੰਗਤੀ ਸੀ ਜਦੋਂ ਗੱਲ ਅਸੀਂ ਫੇ ਜਦੋਂ ਵਾਈ ਗਰੂ ਕੋਸ ਤੇ ਨਾਲ ਵੀਰ ਜਗਰਾਤ ਸਿੰਘ ਹੋਣਾ ਨਾਲ ਜਦੋਂ ਗਏ ਤਾਂ ਉਦੋਂ ਟੌਪਿਕ ਚੱਲ ਰਹੀ ਸੀਗੀ ਤਾਂ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਦਾ ਇਤਿਹਾਸ ਚੱਲ ਰਿਆ ਸੀ ਤਾਂ ਮਨ ਵਿੱਚ ਇਹ ਪੰਗਤੀ ਵੀ ਰੜਕਦੀ ਸੀਗੀ ਇੱਕ ਪਾਸੇ ਧੰਨ 시 ਗੁਰੂ ਅੰਗਦ ਦੇਵ ਜੀ ਪਾਤਸ਼ਾਹ ਦਾ ਜੀਵਨ ਇੱਕ ਪਾਸੇ ਇਹ ਪੰਕਤੀਆਂ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਕਹਿੰਦੇ ਜੋ ਤੇਰੇ ਰੰਗ ਰਾਤੇ ਸੁਆਮੀ ਰਾਤੇ ਦਾ ਭਾਵ ਦ ਵਰ ਰਾਤੇ ਮੀਨਸ ਇਮਬਿਊਡ ਕਿਰਾਂ ਐਂ ਭਿੱਜਿਆ ਹੋਵੇ ਜੋ ਤੇਰੇ ਰੰਗ ਤੇਰੇ ਰੰਗ ਵਿੱਚ ਤੇਰੇ ਪ੍ਰੇਮ ਵਿੱਚ ਤੇ ਇੱਕ ਪਾਸੇ ਸੱਚੇ ਪਾਤਸ਼ਾਹ ਜੀ ਧੰ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਪ੍ਰੇਮ ਦੀ ਗੱਲ ਕਰ ਰਹੇ ਨੇ ਤਾਂ ਕਹਿ ਰਹੇ ਨੇ ਤਿੰਨਤਾ ਜਨਮ ਮਰਨ ਦੁਖ ਨਾਸਾ ਕਹਿੰਦੇ ਅਸਲ ਵਿੱਚ ਜਿਹੜਾ ਪ੍ਰੇਮ ਵਿੱਚ ਭਿੱਜ ਜਾਵੇ ਨਾ ਉਸ ਅਕਾਲ ਪੁਰਖ ਵਾਸਤੇ ਤੇ ਕਹਿੰਦੇ ਉਹਦਾ ਜਨਮ ਮਰਨ ਕਹਿੰਦੇ ਨਾਸ ਹੋ ਜਾਂਦਾ ਹੈ ਤੇ ਫਿਰ ਜਦੋਂ ਇਸ ਪੰਕਤੀਆਂ ਵੱਲ ਫਿਰ ਇੱਕ ਵਾਰੀ ਧਿਆਨ ਨਾਲ ਜਦੋਂ ਵੇਖਿਆ ਨਾ ਤਾਂ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਇੱਥੇ ਸਵਾਮੀ ਸ਼ਬਦ ਵਰਤੇ ਆ ਤੇ ਸਵਾਮੀ ਦਾ ਜਦੋਂ ਆਪਾਂ ਇਹਦਾ ਸਿੱਧਾ ਅਰਥ ਕਰੇਗਾ ਨਾ ਤਾਂ ਸਵਾਮੀ ਦਾ ਅਰਥ ਨਿਕਲਦਾ ਮਾਲਿਕ ਸਵਾਮੀ ਦਾ ਅਰਥ ਨਿਕਲਦਾ ਮਾਸਟਰ ਤਫ਼ੀਲ ਤਫ਼ੇ ਮਨ ਵਿੱਚ ਆਇਆ ਭਾਵੇਂ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਉਸ ਅਕਾਲ ਪੁਰਖ ਮਾਲਕ ਦੀ ਗੱਲ ਕਰ ਰਹੇ ਨੇ ਪਰ ਅਸਲ ਵਿੱਚ ਆਪਣਾ ਮਾਲਕ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਨੇ ਆਪਣੇ ਵਾਸਤੇ ਨਾ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਉਸ ਅਕਾਲ ਪੁਰਖ ਦੇ ਨਾਲ ਗੱਲਾਂ ਕਰਦੇ ਨੇ ਪਰ ਜਦੋਂ ਆਪਾਂ ਉਸ ਗੁਰੂ ਦੀ ਬਾਣੀ ਪੜ੍ਹਨੀ ਆ ਆਪਾਂ ਆਪਣੇ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਨਾਲ ਗੱਲਾਂ ਕਰਨੀਆਂ ਨੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਜਿੱਥੇ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਉਸ ਅਕਾਲ ਪੁਰਖ ਨੂੰ ਮਾਲਿਕ ਉਸ ਅਕਾਲ ਪੁਰਖ ਨੂੰ ਸਵਾਮੀ ਕਹਿੰਦੇ ਨੇ ਪਰ ਆਪਾਂ ਆਪਣੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੂੰ ਆਪਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਨੂੰ ਸਵਾਮੀ ਆਖਣਾ ਆ ਇੱਥੇ ਫੇ ਮਨ ਵਿੱਚ ਖਿਆਲ ਆਇਆ ਕਿ हे ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਜੀ ਤੁਹਾਡਾ ਮਨ ਤਾਂ ਰਤਿਆ ਹੋਇਆ ਉਸ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੇ ਪਿਆਰ ਵਿੱਚ ਤਾਂ ਹੋਇਆ ਕਿ ਸਾਹਨੇ ਸ੍ਰੀ ਗੁਰੂ ਅੰਗਦ ਦੇਵ ਜੀ ਪਾਛ ਜੇ ਨੇ ਇੰਨੀ ਕਾਲਣਾ ਕਾਲੀ ਨਾ ਜਦੋਂ ਅਖੀਰ ਦਾ ਜਦੋਂ ਪਰਖ ਆਇਆ ਧੰ ਸ੍ਰੀ ਗੁਰੂ ਨਾਨਕ ਦੇਵ ਜੀ ਪਾਛ ਜੀ ਵੱਲੋਂ ਧੰ ਸ੍ਰੀ ਗੁਰੂ ਨਾਨਕ ਦੇਵ ਜੀ ਪਾਛ ਜੀ ਨਾਲ ਜਦੋਂ ਇੱਕ ਭਿਆਨਕ ਰੂਪ ਧਾਰਨ ਕਰਕੇ ਆਏ ਨੇ ਆਮ ਕਰਕੇ ਧੰ ਸ੍ਰੀ ਗੁਰੂ ਨਾਨਕ ਦੇਵ ਜੀ ਪਾਛ ਜੀ ਨਾਲ ਅੰਦਰ ਬੈਠਦੇ ਨੇ ਤਾਂ ਅੰਦਰ ਬੈਠਣ ਤੋਂ ਬਾਅਦ ਜਦੋਂ ਦੀਵਾਨ ਦੀ ਸਮਾਪਤੀ ਹੁੰਦੀ ਆ ਤਾਂ ਖੇਤੀ ਬਾੜੀ ਵੱਲ ਲੱਗ ਜਾਂਦੇ ਨੇ ਪਰ ਅੱਜ ਐਵੇਂ ਨਹੀਂ ਹੋਇਆ ਅੱਜ ਜਦੋਂ ਗੁਰੂ ਨਾਨਕ ਦੇਵ ਜੀ ਪੰਜ ਦੀ ਬਾਹਰ ਆਏ ਨੇ ਨਾ ਅੱਜ ਉਹ ਇੱਕ ਫੱਟੇ ਹੋਏ ਕੱਪੜੇ ਪਾ ਕੇ ਆਏ ਨੇ ਬਾਹਰ ਗੁਰੂ ਨਾਨਕ ਦੇਵ ਜੀ ਪੰਜ ਚਿਕਸ ਆਊਟ ਆਫ ਦਾ ਧਰਮਸਾਲਾ ਵਿਦ ਰਿਪਟ ਕਲੋਥਸ ਉਹਨਾਂ ਦੇ ਹੱਥ ਵਿੱਚ ਨਾ ਇੱਕ ਡੰਡਾ ਫੜਿਆ ਹੋਇਆ ਨਾਲ ਗੁਰੂ ਨਾਨਕ ਦੇਵ ਜੀ ਪੰਜ ਦੇ ਦੂਸਰੇ ਹੱਥ ਵਿੱਚ ਇੱਕ ਗੁੱਥਲੀ ਫੜੀ ਹੋਈ ਆ ਗੁਰਨਾਨਕ ਪਾਤਸ਼ਾਹ ਜੀ ਦਾ ਅ ਸਟਿਕ ਇਨ ਵਨ ਹੈਂਡ ਐਂਡ ਦ ਅਦਰ ਹੈਂਡ ਗੁਰਨਾਨਕ ਦੇਵ ਜੀ ਪਾਤਸ਼ਾਹ ਜੀ ਦਾ ਅ ਬੈਗ ਤਾਂ ਨਾਲ ਗੁਰਨਾਨਕ ਦੇਵ ਜੀ ਪਾਤਸ਼ਾਹ ਜੀ ਆਪਣੇ ਨਾਲ ਇੱਕ ਕੁੱਤਾ ਵੀ ਬਾਹਰ ਲੈ ਕੇ ਆਏ ਨੇ ਤਾਂ ਸੋਚੋ ਉਸ ਸਮੇਂ ਨਾ ਕਹਿੰਦੇ ਕਿ ਕਰਤਾਰਪੁਰ ਸਾਹਿਬ ਦਾ ਜਿਹੜਾ ਵਾਸਾ ਸੀ ਨਾ ਉਦੋਂ ਤਕਰੀਬ ਕਹਿੰਦੇ 20000 ਦਾ ਹੋ ਗਿਆ ਸੀਗਾ ਦ ਮੈਨ ਉਹ ਪੀਪਲ ਦੈਟ ਲਿਵਡ ਇਨ ਕਰਤਾਰਪੁਰ ਸਾਹਿਬ ਐਟ ਦਟ ਟਾਈਮ ਇਟ ਸੈਟ ਟੂ ਬੀ 20000 ਤਾਂ ਸੋਚੋ ਉੱਥੇ ਕਿੰਨੀ ਸੰਗਤ ਜੁੜਦੀ ਹੋएगी ਉਸ ਸਮੇਂ ਜਦੋਂ ਗੁਰੂ ਨਾਨਕ ਦੇਵ ਜੀ ਪਾਚ ਕਰਤਾਰਪੁਰ ਸਾਹਿਬ ਵਸਾਉਣ ਤੋਂ ਪਹਿਲਾਂ ਕਹਿੰਦੇ ਇੱਕ ਉਜਾੜ ਜਗ੍ਹਾ ਬਹੁਤ ਉੱਥੇ ਘੱਟ ਵਾਸਾ ਪਰ ਜਿੱਥੇ ਮੇਰੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਆ ਕੇ ਜਦੋਂ ਬਹਿ ਜਾਂਦੇ ਨੇ ਨਾ ਵੇਖ ਲਓ ਕਹਿੰਦੇ ਕਿਵੇਂ ਸੰਗਤਾਂ ਆ ਕੇ ਉੱਥੇ ਇਕੱਠੀਆਂ ਹੁੰਦੀਆਂ ਨੇ ਹਜ਼ਾਰਾਂ ਵਿੱਚ ਉਸ ਦਿਨ ਵੀ ਸੰਗਤਾਂ ਹੋਣਗੀਆਂ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਆਪਣੇ ਨਾਲ ਕੁੱਤਾ ਲੈ ਕੇ ਆਏ ਫਟੇ ਹੋਏ ਕੱਪੜੇ ਪਾ ਕੇ ਆਏ ਨੇ ਆਪਣੇ ਹੱਥ ਵਿੱਚ ਇੱਕ ਡੰਡਾ ਪਕੜਿਆ ਹੋਇਆ ਦੂਸਰੇ ਹੱਥ ਵਿੱਚ ਇੱਕ ਗੁੱਥਲੀ ਫੜੀ ਹੋਈ ਗੁਰੂ ਨਾਨਕ ਦੇਵ ਜੀ ਪਾਚ ਨੇ ਹਿਆਰਾਂ ਹੀ ਸੰਗਤਾਂ ਜਰੂਰ ਨਾਲ ਤੁਰੀਆਂ ਹੋਣਗੀਆਂ ਉਸ ਦਿਨ ਗੁਰੂ ਨਾਨਕ ਦੇਵ ਜੀ ਨਾਲ ਜਦੋਂ ਉਹਨਾਂ ਨੇ ਦੇਖੇ ਨੇ ਕਈਆਂ ਨੇ ਤੱਕ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਪਾਚ ਦਾ ਰੂਪ ਦੇਖ ਕੇ ਹੀ ਡਰ ਗਏ ਨੇ when they looked at what gur nanak dev ji pach ji looked like some of them went home at that time ਉਦੋਂ ਹੀ ਘਰ ਚਲ ਗਏ ਨੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਜਲ ਉਹਨਾਂ ਨੇ ਜਦੋਂ ਤੱਕਿਆ ਤਾਂ ਗੁਰਸਿੱਖ ਪਿਆਰਿਓ ਤਾਂ ਗੁਰਨਾਨਕ ਦੇਵ ਜੀ ਪਾਤਸ਼ਾਹ ਜੀ ਉਜਾੜਵਾਲ ਨੂੰ ਤੁਰਨ ਲੱਪੇ ਨੇ ਗੁਰਨਾਨਕ ਦੇਵ ਜੀ ਪਾਤਸ਼ਾਹ ਜੀ ਉਦੋਂ ਉਸ ਸਮੇਂ ਨਾ they started to walk towards the graveyards ਤਾਂ ਜਦੋਂ ਗਏ ਗੁਰਨਾਨਕ ਦੇਵ ਜੀ ਪਾਤਸ਼ਾਹ ਜੀ ਉਜਾੜਵਾਲ ਤਾਂ ਕਈ ਤਾਂ ਸੰਗਤਾਂ ਰੂਪ ਵੇਖ ਕੇ ਪਿੱਛੇ ਨੂੰ हट ਗਈਆਂ ਨੇ ਪਰ ਕਈ ਸੰਗਤਾਂ ਨਾਲ ਗੁਰਨਾਨਕ ਦੇਵ ਜੀ ਪਾਤਸ਼ ਦੇ ਨਾਲ ਤੁਰ ਪਈਆਂ ਨੇ ਜਦੋਂ ਗੁਰੂ ਨਾਨਕ ਪਾਛ ਨੇ ਜਦੋਂ ਵੇਖਿਆ ਨਾ ਪਿੱਛੇ ਨੂੰ ਵੇਖ ਕੇ ਤਾਂ ਸੰਗਤਾਂ ਨਾਲ ਆ ਰਹੀਆਂ ਨੇ ਤਾਂ ਗੁਰੂ ਨਾਨਕ ਦੇਵ ਜੀ ਸੱਚੇ ਪਾਛ ਨੇ ਆਪਣੇ ਗੁੱਥਲੀ ਵਿੱਚ ਆਪਣਾ ਹੱਥ ਪਾ ਕੇ ਨਾ ਤਾਂ ਪਾਛ ਨੇ ਆਪਣੇ ਗੁੱਥਲੀ ਵਿੱਚੋਂ ਪੈਸੇ ਕੱਢੇ ਗੁਰੂ ਨਾਨਕ ਦੇਵ ਜੀ ਪਾਛ ਜੀ ਟੇਕਸ ਸਮ ਕੋਇਨਸ ਆਊਟ ਆਫ देयर ਬੈਗ ਜਦੋਂ ਉਹਨਾਂ ਨੇ ਆਪਣੇ ਗੁੱਥਲੀ ਵਿੱਚ ਜਦੋਂ ਪੈਸੇ ਕੱਢ ਕੇ ਤਾਂ ਜਦੋਂ ਜ਼ਮੀਨ ਵਾਲ ਸੱਟੇ ਨਾ ਯਤਨ ਤਾਂ ਕੀਤਾ ਸਾਰੀਆਂ ਸੰਗਤਾਂ ਨੇ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਹੀ ਤੁਰਦੇ ਜਾਈਏ ਪਰ ਕਈਆਂ ਤੋਂ ਨਾ ਉਹਨਾਂ ਦੀ ਜਿਹੜੀ ਨਿਗਾਹ ਸੀਗੀ ਉਸ ਪੈਸਿਆਂ ਵਿੱਚ ਜਾ ਕੇ ਟਿਕ ਗਈ ਕਰਕੇ ਸੱਚ ਇਹ ਆ ਗੁਰਸਿੱਖ ਪਿਆਰਿਓ ਆਉਂਦੇ ਤਾਂ ਗੁਰੂ ਕੋਲ ਸਭ ਨੇ ਪਰ ਸਾਰੇ ਨਾ ਆਪਣੀ ਆਪਣੀ ਕਾਮਨਾ ਲੈ ਕੇ ਆਉਂਦੇ ਨੇ ਗੁਰੂ ਸਾਹਿਬ ਜੀ ਕੋਲ ਕੋਈ ਕੁਛ ਆਪਣੇ ਮਨ ਵਿੱਚ ਧਾਰਨ ਕਰਕੇ ਆਉਂਦਾ ਧੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਕੋਲ ਕੋਈ ਕੁਛ ਆਪਣੇ ਮਨ ਵਿੱਚ ਕੋਈ ਕਾਮਨਾ ਧਾਰਨ ਕਰਕੇ ਆਉਂਦਾ ਆ ਜਦੋਂ ਗੁਰਨਾਨਕ ਪਾਤਸ਼ਾਹ ਜਦੋਂ ਪਹਿਲਾਂ ਪੈਸੇ ਸਿੱਟੇ ਨੇ ਯਤਨ ਕੀਤਾ ਕਿ ਅਸੀਂ ਨਾਲ ਤੁਰਦੇ ਜਾਈਏ ਪਰ ਕਈਆਂ ਤੋਂ ਉੱਥੇ ਨਾ ਗਾਂ ਤੁਰ ਹੋਇਆ ਉੱਥੇ ਹੀ ਰੁੱਕ ਕੇ ਤੇ ਕਈਆਂ ਨੇ ਉੱਥੇ ਪੈਸੇ ਚੱਕ ਕੇ ਤਾਂ ਪਿਛਾਂ ਨੂੰ ਮੁੜ ਗਏ ਨੇ ਗੁਰਨਾਨਕ ਪਾਤਸ਼ਾਹ ਨੇ ਜਦੋਂ ਫੇਰ ਪਿਛਾਂ ਨੂੰ ਵੇਖਿਆ ਤਾਂ ਵੇਖਿਆ ਹੱਲੇ ਤਾਂ ਬਹੁਤ ਨੇ ਨਾਲ ਆਉਣ ਵਾਲੇ ਤੇ ਗੁਰਨਾਨਕ ਪਾਤਸ਼ਾਹ ਨੇ ਫੇਰ ਆਪਣੇ ਗੁੱਥਲੀ ਵਿੱਚੋਂ ਰੁਪਈਏ ਕੱਢੇ ਨੇ ਰੁਪਈਏ ਕੱਢ ਕੇ ਪਾਤਸ਼ਾਹ ਨੇ ਜਿੱਦ ਨੂੰ ਜ਼ਮੀਨ ਵੱਲ ਸੁੱਟੇ ਤਾਂ ਕਈਆਂ ਦੀ ਉੱਥੇ ਹੀ ਨਿਗਾਹ ਜਦੋਂ ਟਿਕ ਗਈ ਰੁਪਈਆਂ ਦੇ ਵਿੱਚ ਤਾਂ ਰੁਪਈਏ ਚੱਕ ਕੇ ਤਾਂ ਆਪਣੇ ਘਰਾਂ ਵੱਲ ਨੂੰ ਤੁਰ ਪਏ ਨੇ ਭਾਵ ਜਿਤਨਾ ਕੁ ਉਹਨਾਂ ਨੂੰ ਗੁਰੂਪਾਲ ਚਾਹੀਦਾ ਸੀਗੇ ਉਹਨਾਂ ਨੂੰ ਪ੍ਰਾਪਤ ਹੋ ਗਿਆ ਤਾਂ ਆਪਣੇ ਘਰਾਂ ਨੂੰ ਚੱਲ ਗਏ ਤਾਂ ਗੁਰਸਿੱਖ ਪਿਆਰਿਓ ਗੁਰਨਾਨਕ ਪਾਤਸ਼ਾਹ ਜੀ ਨੇ ਉਸ ਸਮੇਂ ਨਾ ਫੇ ਪਾਤਸ਼ਾਹ ਜੀ ਨੇ ਆਪਣੇ ਗੁੱਥਲੀ ਵਿੱਚੋਂ ਕੈਨ ਲੱਗੇ ਉਦੋਂ ਪਾਤਸ਼ਾਹ ਜੀ ਦੱਸਿਆ ਹੀ ਅਵ ਹਿਸਟਰੀ ਰਾਈਟਸ ਦੈਨ ਦੇ ਵੈਂਟ ਐਂਡ ਟੇਕ ਟੁਕ ਆਊਟ ਸਮ ਪਰਲਸ ਐਜ਼ ਵੈਲ ਜਦੋਂ ਪਾਚ ਜਦੋਂ ਮੋਤੀ ਜਦੋਂ ਕੱਢੇ ਨਾ ਆਪਣੀ ਗੁਥਲੀ ਵਿੱਚੋਂ ਮੋਤੀ ਵੀ ਜਦੋਂ ਸਿੱਟੇ ਉਦੋਂ ਵੀ ਸੰਗਤਾਂ ਵਿੱਚੋਂ ਕਈ ਰੁੱਕ ਕੇ ਮੋਤੀ ਚੱਕ ਕੇ ਘਰਾਂ ਨੂੰ ਚਲ ਗਏ ਨੇ ਤਫੇ ਪਾਚ ਨੇ ਅਖੀਰ ਵਿੱਚ ਆਪਣੀ ਗੁਥਲੀ ਖਾਲੀ ਕਰਦੇ ਹੋਏ ਵਿੱਚੋਂ ਹੀਰੇ ਕੱਢੇ ਨੇ ਪਾਚ ਜੀ ਨੇ ਜਦੋਂ ਹੀਰੇ ਕੱਢੇ ਉਦੋਂ ਸੰਗਤ ਬਹੁਤ ਘੱਟ ਰਹੇਗੀ ਸੀਗੀ ਕਰਕੇ ਸੱਚ ਇਹ ਹੈ ਕਰਕੇ ਸੰਗਤ ਹੀਰਿਆਂ ਵਾਸਤੇ ਤਾਂ ਬਹੁਤ ਘੱਟ ਨੇ ਗੁਰੂ ਸਾਹਿਬ ਜੀ ਕੋਲ ਜਿਹੜੇ ਆਉਂਦੇ ਨੇ ਪਾਵ ਇਥੋਂ ਗੁਣ ਧਾਰਨ ਕਰਨ ਵਾਸਤੇ ਉਦੋਂ ਸੰਗਤ ਬਹੁਤ ਘੱਟ ਰਹਿ ਗਈ ਆ ਪਾਛਨੇ ਜਦੋਂ ਕੁਝ ਹੀਰੇ ਸਿੱਟੇ ਆ ਉਦੋਂ ਜਿਹੜੀ ਸੰਗਤ ਰਹਿ ਗਈ ਜਿੰਨੀ ਵੀ ਬੱਚੀ ਸੰਗਤ ਹੀਰੇ ਚੱਕ ਕੇ ਆਪਣੇ ਘਰਾਂ ਨੂੰ ਮੁੜ ਗਏ ਨੇ ਤੇ ਜਦੋਂ ਗੁਰਨਾਨਕ ਪਾਛਨੇ ਫੇਰ ਪਿਛਾਣ ਨੂੰ ਜਦੋਂ ਵੇਖਿਆ ਨਾ ਉਦੋਂ ਕੇਵਲ ਤਿੰਨ ਜਾਣੇ ਰਹਿ ਗਏ ਨੇ ਇੱਕ ਗੁਰਸਿੱਖ ਪਰ ਇੱਕ ਭਾਈ ਦੁਨੀ ਚੰਦ ਜਿਹੜਾ ਰਹਿ ਗਿਆ ਇੱਕ ਬਾਬਾ ਬੁੱਢਾ ਜੀ ਰਹਿ ਗਏ ਨੇ ਤੇ ਇੱਕ ਭਾਈ ਲੈਣਾ ਜੀ ਰਹਿ ਗਏ ਨੇ ਗੁਰੂ ਨਾਨਕ ਪਾਛ ਨੇ ਆਪਣਾ ਕੁੱਤਾ ਵੀ ਛੱਡ ਦਿੱਤਾ ਤਾਂ ਉਸ ਸਮੇਂ ਜਦੋਂ ਆਪਣਾ ਕੁੱਤਾ ਜਦੋਂ ਛੱਡਿਆ ਨਾ ਉਦੋਂ ਭਾਈ ਦੁਨੀ ਚੰਦ ਵੀ ਕੁਝ ਪਰਾਂ ਹੋ ਕੇ ਕਹਿੰਦੇ ਦਰਖਤਾਂ ਵੱਲ ਨੂੰ ਜਾ ਖੜੇ ਉਹ ਓਲੇ ਹੋ ਕੇ ਪਰੇ ਜਾ ਕੇ ਖੜ ਗਏ ਨੇ ਭਾਈ ਦੁਨੀ ਚੰਦ ਜਦੋਂ ਗੁਰੂ ਨਾਨਕ ਪਾਛ ਨੇ ਆਪਣਾ ਕੁੱਤਾ ਛੱਡਿਆ ਫੇਰ ਗੁਰੂ ਨਾਨਕ ਪਾਛ ਨੇ ਵੇਖਿਆ ਕਿ ਕੇਵਲ ਭਾਈ ਬੁੱਢਾ ਜੀ ਬਾਬਾ ਬੁੱਢਾ ਜੀ ਤਾਂ ਭਾਈ ਲੈਣਾ ਜੀ ਰਹਿ ਗਏ ਨੇ ਗੁਰੂ ਨਾਨਕ ਪਾਛ ਜੀ ਜਿਹੜਾ ਆਪਣਾ ਛੋਟਾ ਹੱਥ ਵਿੱਚ ਫੜਿਆ ਆ ਉੱਥੇ ਭਗਾ ਕੇ ਬਾਬਾ ਬੁੱਢਾ ਜੀ ਦੇ ਕਈ ਇਤਿਹਾਸ ਕਰ ਲਿਖਦੇ ਨੇ ਮਹਿਮਾ ਪ੍ਰਕਾਸ਼ ਲਿਖਦਾ ਆ ਕਿ ਬਾਬਾ ਬੁੱਢਾ ਜੀ ਦੇ ਸਿਰ ਵਿੱਚ ਜਦੋਂ ਡੰਡਾ ਮਾਰੇ ਨੇ ਤਾਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਯਾਦ ਰੱਖਿਓ ਗੁਰੂ ਬਾਬਾ ਬੁੱਢਾ ਜੀ ਇਹੋ ਜੇ ਸਿੱਖ ਨੇ ਉਸ ਸਮੇਂ ਦੌੜੇ ਨਹੀਂ ਭਾਵੇਂ ਉਹਨਾਂ ਦੇ ਸਿਰ ਵਿੱਚ ਭਾਵੇਂ ਸੋਟਾ ਪਿਆ ਪਰ ਬਾਬਾ ਬੁੱਢਾ ਜੀ ਸੋਟਾ ਪੈਣ ਤੇ ਵੀ ਨਹੀਂ ਦੌੜੇ ਉੱਥੇ ਬਾਬਾ ਬੁੱਢਾ ਜੀ ਜ਼ਮੀਨ ਤੇ ਹੀ ਬਹਿ ਗਏ ਨੇ ਤਾਂ ਉੱਥੇ ਕਹਿਣ ਲੱਗੇ ਕਹਿੰਦੇ ਬੁੱਢਿਆ ਗੁਰਨਾਨਕ ਪਾਤਸ਼ਾਹ ਜੀ ਦੇ ਉਸ ਸਮੇਂ ਸ਼ਬਦ ਸਨ ਕਹਿੰਦੇ ਬੁੱਢਿਆ ਕਹਿੰਦੇ ਤੂੰ ਨਹੀਂ ਕਹਿੰਦੇ ਗਿਆ ਕਹਿੰਦੇ ਸਾਰੇ ਚਲ ਗਏ ਨੇ ਕਹਿੰਦੇ ਕੋਈ ਕਿਸੇ ਨੇ ਮੋਤੀ ਚੱਕੇ ਕਿਸੇ ਨੇ ਤੂੰ ਹੀਰੇ ਚੱਕੇ ਕਹਿੰਦੇ ਕੋਈ ਕਹਿੰਦੇ ਕੁੱਤਾ ਵੇਖ ਕੇ ਕਹਿੰਦੇ ਕਹਿੰਦੇ ਦੌੜ ਗਿਆ ਕਹਿੰਦੇ ਮੈਂ ਸੋਟਾ ਤੱਕ ਵੀ ਤੇਰੇ ਉੱਪਰ ਮਾਰਿਆ ਕਹਿੰਦੇ ਤੂੰ ਫੇ ਵੀ ਨਹੀਂ ਗਿਆ ਤੂੰ ਫੇ ਵੀ ਇੱਥੇ ਬੈਠ ਗਿਆ ਆ ਤਾਂ ਉੱਥੇ ਬਾਬਾ ਬੁੱਢਾ ਜੀ ਨੇ ਜਿਹੜਾ ਜਵਾਬ ਦਿੱਤਾ ਨਾ ਗੁਰਸਿੱਖ ਪਿਆਰੋ ਬਾਬਾ ਬੁੱਢਾ ਜੀ ਨੇ ਆਪਾਂ ਨੇ ਹੱਥ ਜੋੜ ਕੇ ਤੱਕ ਕੰ ਲੱਗ ਕੇ ਕਹਿੰਦੇ ਤਨ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਮੇਰਾ ਦਿਲ ਕਹਿੰਦੇ ਚੱਲ ਨਹੀਂ ਸੀ ਸਕਦਾ ਕਿ ਜੇ ਤੁਸੀਂ ਮੇਰੇ ਅੱਖਾਂ ਤੋਂ ਕਿਤੇ ਓਲੇ ਹੋ ਜਾਂਦੇ ਬਾਬਾ ਬੁੱਢਾ ਜੀ ਨੇ ਉੱਥੇ ਇਹ ਗੁਰੂ ਨਾਨਕ ਪਾਤਸ਼ਾਹ ਨੂੰ ਉਸ ਸਮੇਂ ਬਚਨ ਆਖੇ ਕਹਿੰਦੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਕਹਿੰਦੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਕਿਉਂ ਨਹੀਂ ਗਏ ਤੇਰੇ ਸੋਟਾ ਤੱਕ ਵੱਜਣ ਤੱਕ ਫੇਵ ਨਹੀਂ ਤੂੰ ਗਿਆ ਕਹਿੰਦੇ ਮੇਰਾ ਅੰਦਰੋਂ ਦਿਲ ਇਹ ਗੱਲ ਨੂੰ ਚੱਲ ਹੀ ਨਹੀਂ ਸਕਦਾ ਕਿ ਤੁਸੀਂ ਮੇਰੇ ਅੱਖਾਂ ਤੋਂ ਓਲੇ ਹੋ ਜਵੋ ਤੋ ਉੱਥੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਅੱਛਾ ਬੁੱਢਿਆ ਕਹਿੰਦੇ ਜੇ ਤੂੰ ਇਹੋ ਬਚਨ ਆਖਦਾ ਆ ਕਿ ਜੇ ਜੇ ਤੇਰਾ ਦਿਲ ਨਹੀਂ ਚੱਲ ਸਕਦਾ ਨਾ ਕਿ ਨਾਨਕ ਤੇਰੇ ਅੱਖਾਂ ਤੋਂ ਓਲਾ ਨਾ ਹੋਵੇ ਕਹਿੰਦੇ ਫੇ ਲੈ ਬੁੱਢਿਆ ਕਹਿੰਦੇ ਅੱਜ ਤੋਂ ਕਹਿੰਦੇ ਨਾਨਕ ਤੇਰੀਆਂ ਅੱਖਾਂ ਤੋਂ ਕਦੀ ਵੀ ਨਹੀਂ ਕਹਿੰਦੇ ਦੁਬਾਰਾ ਓਲਾ ਹੋਗਾ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਉੱਥੇ ਬਚਨ ਕੀਤੇ ਇਹ ਬਾਬਾ ਬੁੱਢਾ ਜੀ ਦੀ ਇੱਕ ਅੰਦਰ ਵਿੱਚ ਨਾ ਇੱਕ ਦਿਸ਼ਾ ਸੀ ਦ ਸਟੇਟ ਤਾ ਬਾਬਾ ਬੁੱਢਾ ਜੀ ਵਜ਼ ਇਨਟ ਐਟ that time ਕਹਿੰਦੇ ਆਈ ਕੈਨਟ ਕੋਪ ਵਿਦ ਯੂ ਬੀਇੰਗ ਅਵੇ ਫਰਮ ਮਾਈ ਆਈਜ਼ ਕਹਿੰਦੇ ਮੇਰਾ ਹਾਰਟ ਇਜ਼ ਸਿੰਕਿੰਗ ਵੈਨ ਯੂ ਸੇਇੰਗ ਫਰ ਯੂ ਟੂ ਫਰ ਮੀ ਟੂ ਬੀ ਅਵੇ ਫਰਮ ਯਰ ਆਈਜ਼ ਕਹਿੰਦੇ ਮੈਂ ਇੱਕ ਦਲ ਨੂੰ ਚੱਲ ਹੀ ਨਹੀਂ ਸਕਾ ਉੱਥੇ ਵਰ ਦੇਤਾ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਕਹਿੰਦੇ ਫੇ ਮੈਂ ਤੇਰੇ ਅੱਖਾਂ ਤੋਂ ਕਦੀ ਵੀ ਨਹੀਂ ਓਲਾ ਹੋਊਂਗਾ ਤਾਂ ਦੂਸਰਾ ਇੱਕ ਬਚਨ ਕੀਤਾ ਕਹਿੰਦੇ ਬਾਬਾ ਬੁੱਢਾ ਜੀ ਕਹਿੰਦੇ ਤੁਸੀਂ ਨਾ ਕਹਿੰਦੇ ਇੱਕ ਸਿੱਖੀ ਵਾਸਤੇ ਕਹਿੰਦੇ ਇੱਕ ਥੰਮ ਹੋ ਇਹ ਵੀ ਬਚਨ ਕੀਤਾ ਗੁਰੂ ਨਾਨਕ ਪਾਛਨੇ ਬਾਬਾ ਬੁੱਢਾ ਜੀ ਨੂੰ ਗੁਰਸਿੱਖ ਪਿਆਰਿਓ ਅਸਲ ਵਿੱਚ ਨਾ ਇਹ ਜਿਹੜਾ ਬਚਨ ਕਰ ਦਿੱਤਾ ਗੁਰੂ ਨਾਨਕ ਪਾਛ ਜੀ ਨੇ ਗੁਰੂ ਨਾਨਕ ਪਾਛ ਨੇ ਆਪ ਨੂੰ ਦੱਸ ਦਿੱਤਾ ਕਿ ਸਦੀਆਂ ਆਉਣ ਵਾਸਤੇ ਕਿ ਇੱਕ ਗ੍ਰੰਥੀ ਜਿਹੜਾ ਗ੍ਰੰਥੀ ਸਿੰਘ ਇਹਨਾਂ ਗੁਰੂ ਨਾਨਕ ਦੇ ਘਰ ਵਿੱਚ ਉਹ ਇੱਕ ਸਿੱਖੀ ਦਾ ਥੰਮ ਹੋਵੇ ਇਹਦਾ ਮਤਲਬ ਇਹ ਸਿਗਾ ਜੇ ਆਪਾਂ ਅੱਜ ਜਦੋਂ ਆਪਾਂ ਗ੍ਰੰਥੀ ਦੇ ਜਦੋਂ ਆਪਾਂ ਅਰਥ ਵੇਖੀਏ ਅਸਲ ਵਿੱਚ ਨਾ ਅਖਰੀ ਅਰਥ ਗ੍ਰੰਥੀ ਦੇ ਬਣਦੇ ਕੀ ਆ ਗ੍ਰੰਥੀ ਦਾ ਇਹ ਮਤਲਬ ਹੋ ਜਿਹੜੀ ਇੱਥੇ ਆਪਣੀ ਸਹਾਰੀ ਆ ਨਾ ਇੱਥੇ ਈ ਜਦੋਂ ਆਪਾਂ ਬੋਲਦੇ ਗ੍ਰੰਥੀ ਇਹਦਾ ਮਤਲਬ ਇਹ ਆ ਗ੍ਰੰਥੀ ਉਹ ਆ ਜਿਹਦੇ ਅੰਦਰ ਗ੍ਰੰਥ ਵਸਿਆ ਹੋਵੇ ਪੋਥੀ ਪਰਮੇਸ਼ਰ ਦਾ ਥਾਨ ਗ੍ਰੰਥੀ ਦਾ ਮਤਲਬ ਹੀ ਇਹ ਆ ਜਿਹਦੇ ਅੰਦਰ ਉਸ ਗੁਰੂ ਨਾਨਕ ਦੀ ਬਾਣੀ ਵਸੀ ਹੋਵੇ ਗ੍ਰੰਥੀ ਦਾ ਮਤਲਬ ਹੀ ਇਹ ਆ ਜਦੋਂ ਸੰਗਤਾਂ ਜਦੋਂ ਪਟਕੀਆਂ ਹੋਣ ਨਾ ਉਹਨਾਂ ਨੂੰ ਇੰਜ ਮਹਿਸੂਸ ਹੋਵੇ ਮੇਰੇ ਗੁਰੂ ਨਾਨਕ ਦੇ ਘਰ ਵਿੱਚ ਮੇਰੇ ਵਾਸਤੇ ਇੱਕ ਥੰਮ ਖੜਾ ਹੈ ਮੇਰੇ ਗੁਰੂ ਨਾਨਕ ਦੇ ਘਰ ਵਿੱਚ ਜਦੋਂ ਮੈਂ ਜਾਵਾਂ ਨਾ ਦੁਖੀ ਇੱਕ ਬਾਬਾ ਬੁੱਢਾ ਜੀ ਵਰਗਾ ਇੱਕ ਥੰਮ ਮੇਰੇ ਵਾਸਤੇ ਹੈ ਤੇ ਇਸ ਗ੍ਰੰਥੀ ਕੋਲ ਉਹ ਗੁਰੂ ਨਾਨਕ ਦੀ ਬਾਣੀ ਨਾਲ ਭਰਿਆ ਪਿਆ ਆ ਮੈਂ ਉਸ ਗ੍ਰੰਥੀ ਅੱਗੇ ਮੈਂ ਨਿਮਰਤਾ ਦੇ ਨਾਲ ਬੇਨਤੀ ਕਰ ਸਕਦਾ ਆ ਕਿ ਮੇਰਾ ਕਿ ਇਹ ਜੋ ਹਾਲਤ ਵਿੱਚ ਮੈਂ ਅੱਜ ਲੰਘ ਰਿਹਾ ਆ ਮੈਨੂੰ ਤੁਸੀਂ ਕੁਛ ਨਾ ਕੁਛ ਮੇਰੇ ਅੰਦਰ ਠੰਡ ਪਾਓ ਤਾਂ ਉਹ ਗ੍ਰੰਥੀ ਉਹ ਥੰਮ ਵਰਗਾ ਉਹ ਗ੍ਰੰਥੀ ਗੁਰਸਿੱਖ ਪੈਰਿਓ ਫੋ ਉਹ ਸਿੱਖ ਵਾਸਤੇ ਠੰਡ ਵਰਤੌਂਦਾ ਜੇ। ਬਾਬਾ ਬੁੱਢਾ ਜੀ ਕਿਤੇ ਦੌੜੇ ਨਹੀਂ। ਕਰਕੇ ਉੱਥੇ ਨਾ ਫੇ। ਬਾਬਾ ਬੁੱਢਾ ਜੀ ਬੈਠੇ ਰਹੇ ਨੇ। ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਚਨ ਕਰ ਦਿੱਤੇ। ਕਹਿੰਦੇ ਜਾ। ਕਹਿੰਦੇ ਜਿਹੜਾ ਵੀ ਰਹਿ ਗਿਆ ਆ। ਕਹਿੰਦੇ ਉੱਥੇ ਮੁਰਦਾ ਇੱਕ ਪਿਆਉ ਹੋਇਆ ਆ। ਕਹਿੰਦੇ ਜਿਹੜਾ ਵੀ ਰਹਿ ਗਿਆ ਕਹਿੰਦੇ ਉਸ ਮੁਰਦੇ ਨੂੰ ਜਾ ਕੇ ਕਹਿੰਦੇ ਖਾਣਾ ਸ਼ੁਰੂ ਕਰ ਦੋ। ਤਾਂ ਬਾਬਾ ਬੁੱਢਾ ਜੀ ਉਸ ਸਮੇਂ ਉੱਥੇ ਨਹੀਂ ਆਪਣੀ ਜਗ੍ਹਾ ਤੋਂ ਕਰਕੇ ਗੁਰੂ ਨਾਨਕ ਦੇ ਘਰ ਵਿੱਚ ਨਾ ਸਾਰਿਆਂ ਦੀ ਕੋਈ ਨਾ ਕੋਈ ਜਗ੍ਹਾ ਹੈ ਕਰਕੇ ਭਾਈ ਲੈਣਾ ਦੀ ਕੋਈ ਜਗ੍ਹਾ ਹੋਰ ਸੀ ਬਾਬਾ ਬੁੱਢਾ ਦੀ ਕੋਈ ਜਗ੍ਹਾ ਹੋਰ ਸੀ ਇੱਥੇ ਕਰਕੇ ਇਹ ਨਾ ਕਿਤੇ ਸਮਝੀ ਆਪਾਂ ਕਿ ਬਾਬਾ ਬੁੱਢਾ ਜੀ ਫੇਲ ਹੋ ਗਏ ਨਹੀਂ ਬੜੇ ਵੱਡੇ ਵਾਰ ਮਿਲੇ ਬਾਬਾ ਬੁੱਢਾ ਜੀ ਨੂੰ ਕਰਕੇ ਸਾਰਿਆਂ ਦੀ ਆਪਣੀ ਆਪਣੀ ਜਗ੍ਹਾ ਹੈ ਨਾ ਗੁਰੂ ਘਰ ਦੇ ਵਿੱਚ ਉੱਥੇ ਜਦੋਂ ਗੁਰਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਕਹਿੰਦੇ ਲੈਣੇ ਆ ਕਹਿੰਦੇ ਕੋਈ ਜਾ ਕੇ ਮੁਰਦਾ ਖਾਣਾ ਸ਼ੁਰੂ ਕਰ ਦੇ ਪਰ ਜੇ ਜੇ ਸਮੇ ਨਾਰੇ ਭਾਈ ਲੈਣਾ ਜੀ ਜਾ ਰਹੇ ਨੇ ਉਦੋਂ ਇੱਕ ਆਵਾਜ਼ ਮਾਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੰਨ ਕਹਿੰਦੇ ਪੁਰਖਾ ਕਹਿੰਦੇ ਇੱਕ ਗੱਲ ਸੁਣ ਕਹਿੰਦੇ ਉਸ ਮੁਰਦੇ ਤੋਂ ਜਾਣ ਤੋਂ ਪਹਿਲਾਂ ਕਹਿੰਦੇ ਪੁਰਖਾ ਹੋਰ ਸਾਰੇ ਨਸ ਗਏ ਨੇ ਹੋਰ ਸਾਰੇ ਭੱਜ ਗਏ ਨੇ ਕਹਿੰਦੇ ਲੈਣੇ ਆ ਕਹਿੰਦੇ ਤੂੰ ਕਿਉਂ ਨਹੀਂ ਗਿਆ ਉੱਥੇ ਭਾਈ ਲੈਣਾ ਜੀ ਆਪਣੇ ਨਾਲੇ ਹੱਥ ਜੋੜ ਕੇ ਅੱਖਾਂ ਵਿੱਚ ਨੀਰ ਵਗਦਾ ਪਿਆ ਉੱਥੇ ਪਾਈ ਲੈਣਾ ਜੀ ਕਹਿਣ ਲੱਗੇ ਕਹਿੰਦੇ ਕਿਸ ਹੀ ਕੋਈ ਕੋਏ ਮੰਨਣ ਮਾਣੀ ਇੱਕ ਤੂੰ ਕਹਿੰਦੇ ਜੀ ਮੇਰਾ ਹੋਰ ਕੋਈ ਹੋਵੇ ਮੈਂ ਤਾਂ ਹੀ ਜਾਵਾਂ ਨਾ ਕਹਿੰਦੇ ਮੇਰਾ ਹੋਰ ਕੋਈ ਹੈ ਹੀ ਨਹੀਂ ਕਹਿੰਦੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਕਹਿੰਦੇ ਕਿਸ ਹੀ ਕੋਈ ਕੋਏ ਜਿਹਨਾਂ ਦਾ ਹੋਰ ਸੀ ਉਹ ਚੱਲ ਗਏ ਨੇ ਉਹਨਾਂ ਕੋਲ ਕਹਿੰਦੇ ਪਰ ਮੇਰਾ ਤਾਂ ਹੋਰ ਕੋਈ ਹੈ ਹੀ ਨਹੀਂ ਮੈਂ ਜਾਵਾਂ ਕਿੱਥੇ ਪਾਈ ਲੈਣਾ ਜੀ ਉੱਥੇ ਕਹਿਣ ਲੱਗੇ ਕਹਿੰਦੇ ਕਿਸ ਹੀ ਕੋਈ ਕੋਏ ਕਹਿੰਦੇ ਮੇਰਾ ਹੋਰ ਕੋਈ ਟਿਕਾਣਾ ਹੀ ਨਹੀਂ ਹੈਗਾ ਜਾਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਨੇ ਨਾ ਜਦੋਂ ਇਹ ਗੱਲ ਸੁਣੀ ਪਾਈ ਲੈਣਾ ਜੀ ਦੇ ਮੁਖ ਵਿੱਚੋਂ ਕਹਿੰਦੇ ਲੈਣਿਆ ਕਹਿੰਦੇ ਜੇ ਤੂੰ ਆਖਦਾ ਐ ਨਾ ਕਿ ਤੇਰਾ ਕੋਈ ਟਿਕਾਣਾ ਨਹੀਂ ਹੋਰ ਪਾਸੇ ਜਾਣ ਵਾਸਤੇ ਕਹਿੰਦੇ ਸੱਚ ਇਹ ਆ ਕਹਿੰਦੇ ਇੱਕ ਟਿਕਾਣਾ ਤਾਂ ਮੈਂ ਵੀ ਲੱਭਦਾ ਫਿਰਦਾ ਸੀਗਾ ਕਿ ਜਿੱਥੇ ਮੈਂ ਜਾ ਕੇ ਟਿਕ ਜਮਾਂ ਕਹਿੰਦੇ ਮੈਨੂੰ ਹੁਣ ਇੱਕ ਉਹ ਟਿਕਾਣਾ ਨਜ਼ਰ ਆ ਰਿਹਾ ਆ ਜਿੱਥੇ ਮੈਂ ਜਾ ਕੇ ਹੁਣ ਟਿਕਣਾ ਆ ਕਹਿੰਦੇ ਤੂੰ ਕਹਿ ਰਿਹਾ ਤਿੱਤ ਹੋਰ ਕੋਈ ਟਿਕਾਣਾ ਵੀ ਨਹੀਂ ਕਹਿੰਦੇ ਮੈਂ ਵੀ ਬਸ ਇੱਕ ਟਕਾਣਾ ਹੀ ਲੱਭਦਾ ਫਿਰਦਾ ਸੀ ਗੁਰਸਿੱਖ ਪਿਆਰਿਓ ਉਥੇ ਭਾਈ ਲੈਣਾ ਜੀ ਉਸ ਮੁਰਦੇ ਦੇ ਸਰੀਰ ਵੱਲ ਜਦੋਂ ਗਏ ਨੇ ਤਾਂ ਜਦੋਂ ਭਾਈ ਲੈਣਾ ਜੀ ਨਾ ਉਸ ਮੁਰਦੇ ਤੋਂ ਜਦੋਂ ਚਾਦਰ ਚੱਕੀ ਆ ਤਾਂ ਭਾਈ ਲੈਣਾ ਜੀ ਕੁਝਕ ਸਮਾਂ ਉਸ ਮੁਰਦੇ ਦੇ ਸਰੀਰ ਵੱਲ ਵੇਖ ਕੇ ਪਿੱਛਾ ਨੂੰ ਹੋ ਗਏ ਤਾਂ ਭਾਈ ਲੈਣਾ ਜੀ ਪਿੱਛਾ ਨੂੰ ਹੋ ਕੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਕਹਿਣਗੇ ਕਹਿੰਦੇ ਪੁਰਖਾ ਕੀ ਹੋਇਆ ਤਾਂ ਪਾਈ ਲੈਣਾ ਜੀ ਕਹਿੰਦੇ ਕਹਿੰਦੇ ਨਾਨਕ ਇੱਥੇ ਤੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਕਹਨ ਕਿ ਕਹਿੰਦੇ ਪੁਰਖਾ ਹੋਇਆ ਕੀ ਆ ਕਹਿੰਦੇ ਨਾਨਕ ਇੱਥੇ ਤੇ ਉਸ ਪਾਸੇ ਨੂੰ ਵੇਖ ਕੇ ਜਿੱਥੇ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਖੜੇ ਸਨ ਤਾਂ ਕੈਨ ਲੱਗੇ ਕਹਿੰਦੇ ਨਾਨਕ ਉੱਥੇ ਨਾਨਕ ਇੱਥੇ ਨਾਨਕ ਹੈ ਕਿੱਥੇ ਤੇ ਉੱਥੇ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਕਹਿੰਦੇ ਨਾ ਨਾਨਕ ਮੜੀ ਨਾ ਨਾਨਕ ਗੌਰ ਕਹਿੰਦੇ ਨਾਨਕ ਅੰਗਤ ਕੇ ਹੀ ਐ ਮੈਂ ਕਹਿੰਦੇ ਨਾ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨਾ ਕਿਤੇ ਮੜੀ ਵਿੱਚ ਆ ਕਹਿੰਦੇ ਨਾ ਨਾਨਕ ਕਿਨੇ ਕਿਤੇ ਗੌਰ ਵਿੱਚ ਆ ਕਹਿੰਦੇ ਗੁਰੂ ਭਾਈ ਲੈਣਾ ਜੀ ਅੱਜ ਤੋਂ ਤੂੰ ਅੰਗਤ ਬਣ ਗਿਆ ਆ ਅੱਜ ਤੋਂ ਕਹਿੰਦੇ ਗੁਰੂ ਨਾਨਕ ਆ ਕੇ ਤੇਰੇ ਹਿਰਦੇ ਵਿੱਚ ਟਿਕ ਗਿਆ ਆ ਕਹਿੰਦੇ ਤੈਨੂੰ ਕਿਉਂ ਕਹਿੰਦੇ ਨਾਨਕ ਸਾਰੇ ਪਾਸੇ ਕਹਿੰਦੇ ਨਜ਼ਰ ਆ ਰਿਹਾ ਆ ਕਹਿੰਦੇ ਤੈਨੂੰ ਮੁਰਦੇ ਵਿੱਚ ਵੀ ਨਾਨਕ ਦਿਸ ਰਿਹਾ ਆ ਕਹਿੰਦੇ ਜਿੱਥੇ ਵੀ ਤੂੰ ਵੇਖਦਾ ਤੈਨੂੰ ਨਾਨਕ ਹੀ ਨਜ਼ਰ ਆ ਰਿਹਾ ਆ ਕਹਿੰਦੇ ਅੱਜ ਕਰਕੇ ਕਹਿੰਦੇ ਤੇਰੇ ਨਾਨਕ ਤੇਰੇ ਹਿਰਦੇ ਵਿੱਚ ਕਾ ਕੇ ਕਰਕੇ ਆ ਕੇ ਬੈਠ ਗਿਆ ਤੂੰ ਅੱਜ ਆਪਣੇ ਹਿਰਦੇ ਦੇ ਅੱਖਾਂ ਵਿੱਚੋਂ ਵੇਖ ਰਿਆ ਤੈਨੂੰ ਨਾਨਕ ਹੀ ਨਜ਼ਰ ਆਉਣਾ ਹੈ ਗੁਰਸਿੱਖ ਪਿਆਰਿਓ ਨੁੱਥੇ ਗੁਰਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਕਹਿੰਦੇ ਮੈਂ ਤੂੰ ਤੂੰ ਮੈਂ ਕਹਿੰਦੇ ਆਪਣੇ ਵਿੱਚ ਅੱਜ ਕੋਈ ਅੰਤਰ ਨਹੀਂ ਰਿਹਾ ਅਸਲ ਵਿੱਚ ਨਾ ਆਪਾਂ ਜਦੋਂ ਇਸ ਦਾ ਭਾਵ ਵੇਖੀਏ ਜਦੋਂ ਇਹ ਪੰਕਤੀਆਂ ਪੜੀਆਂ ਨਾ ਤਾਂ ਪਾਤਸ਼ਾਹ ਨੇ ਜਦੋਂ ਕਿਹਾ ਕਹਿੰਦੇ ਜੋ ਤੇਰੇ ਰੰਗ ਰਾਤੇ ਸਵਾਮੀ ਕਹਿੰਦੇ ਤਿੰਨ ਕਾ ਜਨਮ ਮਰਨ ਦੁਖ ਨਾਸਾ ਅਸਲ ਵਿੱਚ ਨਾ ਇਸ ਸਮੇ ਤੋਂ ਹੀ ਪਾਈ ਲੈਣਾ ਜਿਹਦਾ ਕੋਈ ਜਨਮ ਮਰਨ ਨਹੀਂ ਇੱਥੇ ਰਿਹਾ ਮੁਰਦੇ ਦਾ ਮਤਲਬ ਕੀ ਸੀਗਾ ਗੁਰੂ ਨਾਨਕ ਪਾਚ ਨੇ ਇੱਕ ਮੁਰਦਾ ਖਾਣ ਵਾਸਤੇ ਕਿਉਂ ਆਖਿਆ ਕਰਕੇ ਗੁਰਸਿੱਖ ਪਿਆਰਿਓ ਪਾਈ ਗੁਰਦਾਸ ਜੀ ਦੇ ਵੀ ਬਚਨ ਨੇ ਨਾ ਕਹਿੰਦੇ ਮੁਰਦੇ ਵਾਂਗ ਮਰੀਦ ਹੋਏ ਕਹਿੰਦੇ ਮੁਰਦੇ ਵਾਂਗ ਮਰੀਦ ਹੋਏ ਗੁਰ ਗੌਰ ਇੱਥੇ ਗੁਰਦਾਸ ਜੀ ਜਿਹੜੇ ਬਚਨ ਆਖੇ ਨੇ ਕਮਾਲ ਦੇ ਬਚਨ ਆਖੇ ਨੇ ਮੁਰਦੇ ਦਾ ਮਤਲਬ ਹੀ ਇਹ ਸੀਗਾ ਪਾਛ ਜੀ ਕਿਉਂਗੇ ਮੜੀਆਂ ਵਾਲ ਕਰਕੇ ਇੱਥੇ ਗੁਰਨਾਨਕ ਪਾਛ ਜੀ ਕਹਿੰਦੇ ਨੇ ਕਹਿੰਦੇ ਜੇ ਕਿਸੇ ਨੇ ਸੇਵਕ ਸੇਵਕ ਬਾਨਾ ਹੈ ਨਾ ਕਹਿੰਦੇ ਤੁਨੂੰ ਇੱਕ ਮੁਰਦੇ ਵਾਂਗ ਕਹਿੰਦੇ ਵਰਨਾ ਪਊਗਾ ਮੁਰਦੇ ਵਾਂਗ ਮੂਰੀਦ ਹੋਏ ਗੁਰਗੋਰ ਇਹਦਾ ਅਰਥ ਕੀ ਨਿਕਲਿਆ ਮੁਰਦੇ ਵਾਂਗ ਕਿਵੇਂ ਬਾਨਾ ਆ ਯਾਦ ਰੱਖਿਓ ਮੁਰਦੇ ਵਿੱਚ ਆਪਣਾ ਕੋਈ ਬਲ ਨਹੀਂ ਹੁੰਦਾ ਮੁਰਦਾ ਆਪਣੀ ਬਾਹ ਉਠਾ ਕੇ ਹੋਰ ਕਿਸੇ ਪਾਸੇ ਨਹੀਂ ਰੱਖ ਸਕਦਾ ਮੁਰਦੇ ਦੀ ਤਾਂ ਬਾਹ ਨਾ ਜਿਹੜਾ ਕੋਈ ਚੱਕ ਕੇ ਕਿਸੇ ਪਾਸੇ ਨੂੰ ਰੱਖ ਦੇਵੇ ਉਹਦੀ ਬਾਹ ਉਸੇ ਜਗ੍ਹਾ ਹੀ ਰਹਿ ਜਾਏਗੀ ਇਹਦਾ ਮਤਲਬ ਇਹ ਸਿਗਾ ਤੂੰ ਮੁਰਦੇ ਵਾਂਗ ਨਰੀਦ ਬਣ ਬਿਕਮ ਅ ਸੈਵਨ ਲਾਈਕ ਅ ਡੈਡ ਪਰਸਨ ਕਜ਼ ਅ ਡੈਡ ਪਰਸਨ ਹਾਸ ਨੋ ਪਾਵਰ ਆਫ ਹਿਸ ਓਨ ਵੇਰਐਵਰ ਯੂ ਲਿਫਟ ਹਿਸ ਆਰਮ ਹਿਸ ਆਰਮ 윌 ਰੇਮੇਨ ਇਨ ਦੈਟ ਪਰਟਿਕਲਰ ਪਲੇਸ ਕਰਕੇ ਭਾਈ ਲੈਣਾ ਜਿਹਨਾਂ ਅਸਲ ਵਿੱਚ ਇੱਕ ਮੁਰਦੇ ਵਾਂਗ ਬਣ ਗਏ ਸਨ ਕਰਕੇ ਜਿੱਥੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਆਖਦੇ ਸਨ ਭਾਈ ਲੈਣਾ ਜੀ ਉੱਥੇ ਹੀ ਖੜ ਜਾਂਦੇ ਸਨ ਜਿੱਥੇ ਵੀ ਭਾਈ ਲੈਣਾ ਜੀ ਨੂੰ ਕਹਿਣਾ ਤਾਂ ਭਾਈ ਲੈਣਾ ਜੀ ਨੇ ਉੱਥੇ ਹੀ ਖੜ ਜਾਣਾ ਕੱਲ ਵੀ ਵੀਰ ਜੀ ਨੇ ਉਹ ਸਾਖੀ ਸੁਣਾਈ ਮੇਰਾ ਮਨ ਫੇਰ ਕਰਦਾ ਹੈ ਇੱਕ ਵਾਰੀ ਹੋਰ ਆਪਾਂ ਉਸ ਸਾਖੀ ਨੂੰ ਦੁਬਾਰਾ ਆਪਾਂ ਦੁਹਰਾਈਏ ਜਦੋਂ ਨਾ ਗੁਰੂ ਨਾਨਕ ਪਾਤਸ਼ਾਹ ਜੀ ਕਰਕੇ ਮਹਿਮਾ ਪ੍ਰਕਾਸ਼ ਤੇ ਬਚਨ ਨੇ ਪ੍ਰਿੰਸੀਪਲ ਸਤਵੀਰ ਸਿੰਘ ਵੀ ਇਸ ਗੱਲ ਨੂੰ ਦੁਬਾਰਾ ਜ਼ਿਕਰ ਕਰਦੇ ਨੇ ਕਹਿੰਦੇ ਜਦੋਂ ਦੇਖਿਆ ਨਾ ਬਾਬਾ ਸ਼੍ਰੀ ਚੰਦ ਨੇ ਜਦੋਂ ਦੇਖੇ ਨਾ ਬਾਬਾ ਲਖਮੀ ਚੰਦ ਨੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਤਾਂ ਗੱਦੀ ਕਹਿੰਦੇ ਹੋਰ ਪਾਸੇ ਹੀ ਦੇਣ ਲੱਗੇ ਨੇ ਕਹਿੰਦੇ ਜੋ ਅਸੀਂ ਕਹਿੰਦੇ ਚਾਹੁੰਦੇ ਸੀਗੇ ਕਹਿੰਦੇ ਉਹ ਸਾਡੇ ਹੱਥੋਂ ਤਾਂ ਇਹ ਸਾਰੀ ਚੀਜ਼ ਹੀ ਖਿਸ ਗਈ ਤਾਂ ਉੱਥੇ ਕਹਿੰਦੇ ਉਹਨਾਂ ਨੇ ਆਪਣੇ ਬਰਾਦਰੀ ਦੇ ਜਦੋਂ ਇਕੱਠੇ ਕਿਤੇ ਨਾ ਉਹਨਾਂ ਨੂੰ ਲੈ ਕੇ ਆਉਂਦਾ ਕਿ ਤੁਸੀਂ ਸਮਝਾਓ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਕਿ ਇਹ ਕੀ ਕਰਨ ਲੱਗੇ ਨੇ ਇਹ ਹੋਰ ਕਿਸੇ ਨੂੰ ਆ ਇਹ ਗੁਰੂ ਦੀ ਗੱਦੀ ਦੇਣ ਲੱਗੇ ਨੇ ਤੋ ਉੱਥੇ ਆਖਿਆ ਸੀਗਾ ਧੰ ਸ੍ਰੀ ਗੁਰੂ ਨਾਨਕ ਦੇਵ ਜੀ ਪਾਛ ਜੀ ਨੇ ਕਹਿੰਦੇ ਬਰਾਦਰੀ ਨੂੰ ਇੱਥੇ ਜਵਾਬ ਦਿੱਤਾ ਸੀਗਾ ਨਾਲ ਹੀ ਉੱਥੇ ਮਾਤਾ ਸੁਲੱਖਣੀ ਜੀ ਖੜੇ ਨੇ ਤਾਂ ਸਾਰਿਆਂ ਨੇ ਯਤਨ ਕੀਤਾ ਸਮਝਾਉਣ ਨੂੰ ਧੰ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਛਰੇ ਇਹ ਕਿ ਤੁਸੀਂ ਕੰਨ ਚੱਲੇ ਹੋ ਤਾਂ ਉੱਥੇ ਗੁਰੂ ਨਾਨਕ ਪਾਛ ਨੇ ਇੱਕ ਮੋਹਰ ਆਪਣੇ ਹੱਥ ਵਿੱਚ ਆਪਣੇ ਹੱਥੇ ਵਿੱਚ ਲੈ ਲਈ ਆਪਣੇ ਮੁਠੀ ਵਿੱਚ ਇੱਕ ਮੋਹਰ ਜਦੋਂ ਗੁਰੂ ਨਾਨਕ ਪਾਛ ਨੇ ਨਾਲੇ ਆਪਣੀ ਮੁਠੀ ਕਰ ਲਈ ਤਾਂ ਉੱਥੇ ਸਭਨਾਂ ਨੂੰ ਆਖਣ ਲੱਗੇ ਬਰਾਦਰੀ ਨੂੰ ਕਹਿਣ ਲੱਗੇ ਪੁੱਛੋ ਬਾਬਾ ਸ਼੍ਰੀ ਚੰਦ ਨੂੰ ਪੁੱਛੋ ਇੱਥੇ ਬਾਬਾ ਲਖਮੀ ਦਾਸ ਨੂੰ ਕਿ ਇਹਨਾਂ ਦੇ ਪਿਤਾ ਜੀ ਦੇ ਹੱਥ ਵਿੱਚ ਕੀ ਹੈ ਤਾਂ ਉਹਨਾਂ ਨੇ ਉਸੇ ਵੇਲੇ ਆਖ ਦਿੱਤਾ ਬਾਬਾ ਲਖਮੀ ਚੰਦ ਉੱਚੀ ਆਵਾਜ਼ ਵਿੱਚ ਬੋਲੇ ਕਹਿੰਦੇ ਮੇਰੇ ਪਿਤਾ ਦੇ ਹੱਥ ਵਿੱਚ ਇੱਕ ਮੋਹਰ ਆ ਉੱਥੇ ਬਾਬਾ ਸ਼੍ਰੀ ਚੰਦ ਜੀ ਬੋਲੇ ਕਹਿੰਦੇ ਵੇਖੋ ਕਹਿੰਦੇ ਪਿਤਾ ਜੀ ਨੇ ਕਹਿੰਦੇ ਆਪਣੇ ਸਾਹਮਣੇ ਹੀ ਤਾਂ ਕਹਿੰਦੇ ਇੱਕ ਮੋਹਰ ਆਪਣੇ ਹੱਥ ਵਿੱਚ ਰੱਖੀ ਆਪਣੀ ਮੁਠੀ ਕਰਕੇ ਕਹਿੰਦੇ ਆਪਾਂ ਨੂੰ ਫੇਰ ਪੁੱਛਣ ਲੱਗੇ ਨੇ ਕਹਿੰਦੇ ਆਪਣੇ ਹੱਥ ਵਿੱਚ ਕੀ ਆ ਕਹਿੰਦੇ ਹੱਥ ਵਿੱਚ ਮੋਰੀ ਆ ਕਹਿੰਦੇ ਹੋਰ ਕੀ ਆ ਇਸ ਓਨਲੀ ਅ ਕੋਇਨ ਇਨ ਦਾ ਹੈਂਡ ਆਫ ਮਾਈ ਫਾਦਰ ਤੇ ਗੁਰਨਾਨਕ ਪਾਤਸ਼ਾਹ ਜਦੋਂ ਇਸ਼ਾਰਾ ਕਰਨ ਲੱਗੇ ਕਹਿੰਦੇ ਪੁਰਖਾ ਲੈਣਿਆ ਕਹਿੰਦੇ ਤੂੰ ਵੀ ਦੱਸ ਦੇ ਕਹਿੰਦੇ ਮੇਰੇ ਹੱਥ ਵਿੱਚ ਕੀ ਆ ਤੋ ਤੇ ਭੁੱਬਾ ਮਾਰ ਕੇ ਰੋਣ ਲਾ ਪੇ ਭਾਈ ਲੈਣਾ ਜੀ ਕਹਿੰਦੇ ਮੇਰਾ ਬਲ ਕੀ ਦੱਸਣ ਵਾਸਤੇ ਕਿ ਮੇਰੇ ਗੁਰੂ ਦੇ ਹੱਥ ਵਿੱਚ ਅਸਲ ਵਿੱਚ ਕੀ ਆ ਕਹਿੰਦੇ ਮੈਂ ਕੀ ਦੱਸਾਂ ਕਹਿੰਦੇ ਸੱਚ ਇਹ ਆ ਕਿ ਗੁਰੂ ਨਾਨਕ ਦੇ ਹੱਥ ਵਿੱਚ ਸਭ ਕੁਝ ਹੈ ਗੁਰੂ ਨਾਨਕ ਦੇ ਤਲੀ ਦੇ ਵਿੱਚ ਤਾਂ ਕਹਿੰਦੇ ਰਿੱਧੀਆਂ ਸਿੱਧੀਆਂ ਖੇਡਦੀਆਂ ਨੇ ਕਹਿੰਦੇ ਜੋ ਵੀ ਸਿੱਖ ਦੀ ਇੱਛਾ ਹੋਵੇ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਮੁਠੀ ਵਿੱਚ ਹਨ ਸਾਰੀਆਂ ਉਹ ਚੀਜ਼ਾਂ ਗੁਰਸਿੱਖ ਪਿਆਰਿਓ ਉੱਥੇ ਕਿਸ ਨੇ ਪਿਆਰ ਵਿੱਚ ਇੱਕ ਗੱਲ ਆਖੀ ਕਹਿੰਦੇ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਗੁਰ ਚੇਲੇ ਰਹਿਰਾਸ ਕੀ ਨਾਨਕ ਸਲਾਮਤ ਥੀਵ ਦੇ ਕਹਿੰਦੇ ਉੱਥੇ ਜਦੋਂ ਸलाम ਕੀਤੀ ਨਾ ਭਾਬ ਜਦੋਂ ਗੁਰੂ ਨਾਨਕ ਪਾਛ ਜੀ ਨੇ ਜਦੋਂ ਭਾਈ ਲੈਣਾ ਜਦੇ ਚਰਨਾ ਵਿੱਚ ਜਦੋਂ ਮੱਥਾ ਟੇਕ ਦਿੱਤਾ ਤਾਂ ਉੱਥੇ ਗੁਰਸਿੱਖ ਪਿਆਰਿਓ ਤੇ ਕਈ ਸੰਗਤਾਂ ਵੀ ਅੱਗੇ ਆਈਆਂ ਤਾਂ ਸੰਗਤਾਂ ਨੇ ਵੀ ਜਦੋਂ ਮੱਥਾ ਟੇਕੇ ਨ ਭਾਈ ਲੈਣਾ ਜਿਨੋਂ ਇਹ ਲਿਖਤ ਵਿੱਚ ਨਹੀਂ ਗੱਲਾਂ ਕਈ ਮਿਲਦੀਆਂ ਕੋਈ ਗੁਰਮੁਖ ਦੀ ਗੁਰਸਿੱਖ ਪੈਰੋਂ ਅੰਦਰ ਦੀ ਹਾਲਤ ਹੁੰਦੀ ਜਿਹੜੀ ਬੋਲਦੇ ਨੇ ਤਾਂ ਉਹ ਕਹਿਣ ਲੱਗੇ ਪਿਆਰ ਵਿੱਚ ਆ ਕੇ ਤਾਂ ਭਾਈ ਲੈਣਾ ਜੀ ਇੱਕ ਦਮ ਪਿਛਾ ਨੂੰ ਹੋ ਕੇ ਤਾਂ ਕਹਿਣ ਲੱਗੇ ਸੰਗਤ ਨੂੰ ਕਹਿੰਦੇ ਇਹ ਕੀ ਤੁਸੀਂ ਕੀਤਾ ਜੇ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਦੇ ਹੁੰਦੇ ਹੋਏ ਕਹਿੰਦੇ ਤੁਸੀਂ ਮੈਨੂੰ ਮੱਥਾ ਟੇਕ ਦਿੱਤਾ ਉੱਥੇ ਇੱਕ ਸੰਗਤ ਨੇ ਇਕੱਠੀ ਹੋ ਕੇ ਉਹ ਕਹਿਣ ਲੱਗੇ ਕਹਿੰਦੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਮੱਥਾ ਟੇਕ ਦਿੱਤਾ ਕਹਿੰਦੇ ਸਾਡਾ ਉੱਥੇ ਮੱਥਾ ਕਹਿੰਦੇ ਸਾਡਾ ਉੱਥੇ ਸਿਰ ਕਿਉਂ ਨਾ ਚੁਗੇ ਉੱਥੇ ਨਿਮਰਤਾ ਦੇ ਵਿੱਚ ਆ ਕਰਕੇ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਹੁਣ ਪਾਉਣੇ ਗੁਰੂ ਅੰਗਦ ਦੇਵ ਜੀ ਬਣ ਗਏ ਨੇ ਉਹਨਾਂ ਨੇ ਹੱਥ ਜੋੜ ਕੇ ਕਿਹਾ ਕਹਿੰਦੇ ਸੰਗਤੋਂ ਨਹੀਂ ਤਾਡੇ ਵੇਖਣ ਵਿੱਚ ਇੱਕ ਗਲਤੀ ਹੋਈ ਆ ਕਹਿੰਦੇ ਗੁਰੂ ਨਾਨਕ ਕਹਿੰਦੇ ਮੇਰੇ ਚਰਨਾਂ ਵਿੱਚ ਨਹੀਂ ਕਹਿੰਦੇ ਝੁਗਿਆ ਕਹਿੰਦੇ ਅਸਲ ਵਿੱਚ ਇੱਥੇ ਹੋਇਆ ਕੀ ਆ ਕਹਿੰਦੇ ਜਦੋਂ ਬੱਚਾ ਨੇ ਇੱਕ ਚਿੱਕੜ ਵਿੱਚ ਕਹਿੰਦੇ ਜਦੋਂ ਡਿੱਗ ਜਾਵੇ ਕਹਿੰਦੇ ਉਸ ਉਹਦਾ ਪਿਤਾ ਆਪਣੇ ਬੱਚੇ ਨੂੰ ਚਿੱਕੜ ਵਿੱਚੋਂ ਕਹਿੰਦੇ ਕੱਢਣ ਵਾਸਤੇ ਆਪ ਚਿੱਕੜ ਵਿੱਚ ਪਾ ਕੇ ਉਸ ਬੱਚੇ ਨੂੰ ਚਿੱਕੜ ਵਿੱਚ ਕੱਢਦਾ ਆ ਪਰ ਉਹ ਇੰਨਾ ਤਰਸ ਖਾ ਕੇ ਕਈ ਵਾਰੀ ਨਾ ਉਹ ਪਿਤਾ ਆਪਣੇ ਬੱਚੇ ਨੂੰ ਮੋਢਿਆਂ ਹੀ ਤੀ ਚੱਕ ਲੈਂਦਾ ਆ ਕਹਿੰਦੇ ਬਸ ਕਹਿੰਦੇ ਗੁਰੂ ਨਾਨਕ ਨੇ ਵੀ ਮੇਰੇ ਨਾਲ ਇਹ ਕੀਤਾ ਕਹਿੰਦੇ ਇੱਕ ਰੁੱਲ ਦੇ ਫਿਰਦੇ ਨੂੰ ਕਹਿੰਦੇ ਮੈਂ ਤਾਂ ਇੱਕ ਚਿੱਕੜ ਵਿੱਚ ਡਿਗਿਆ ਹੋਇਆ ਕਹਿੰਦੇ ਗੁਰੂ ਨਾਨਕ ਨੇ ਤਾਂ ਮੇਰੇ ਉੱਤੇ ਤਰ ਸਿਖਾ ਕੇ ਕਹਿੰਦੇ ਇੱਕ ਚਿੱਕੜ ਵਿੱਚ ਡਿਗੇ ਹੋਏ ਬੱਚੇ ਨੂੰ ਚੱਕਿਆ ਕੇਵਲ ਕਹਿੰਦੇ ਤੁਹਾਡੇ ਦੇਖਣ ਵਿੱਚ ਫਰਕ ਹੋ ਗਿਆ ਇੰਨੀ ਨਿਮਰਤਾ ਗੁਰਸਿੱਖ ਪਿਆਰਿਓ ਮੈਂ ਅੱਜ ਸਮਾਂ ਨਹੀਂ ਵਾਲਾ ਲੈਣਾ ਕਰਕੇ ਸਮਾਂ ਬਹੁਤ ਹੋ ਗਿਆ ਪਰ ਅਸਲ ਵਿੱਚ ਨਾ ਮੈਨੂੰ ਬਸ ਆ ਜਿਹੜਾ ਇੱਕ ਸ਼ਬਦ ਸੀ ਨਾ ਇਹਦੇ ਵਿੱਚੋਂ ਜਦੋਂ ਪਾਤਸ਼ਾਹ ਜਦੋਂ ਆਖੇ ਨਾ ਕਹਿੰਦੇ ਰਾਤੇ ਕਹਿੰਦੇ ਜਦੋਂ ਕਹਿੰਦੇ ਇੱਕ ਆਪਣਾ ਜਦੋਂ ਮੈਂ ਸੋਚਿਆ ਕਿ ਕੌਣ ਹੈ ਉਹ ਰਤਿਆ ਹੋਇਆ ਆਪਾਂ ਨੂੰ ਪਹਿਲਾ ਮਿਸਾਲ ਤਾਂ ਤਕਰੀਬਨ ਜਦੋਂ ਆਪਾਂ ਇਤਿਹਾਸ ਵਿੱਚ ਪਹਿਲੀਆਂ ਮਿਸਾਲਾਂ ਵਿੱਚੋਂ ਆਪਾਂ ਨੂੰ ਇੱਕ ਇਹ ਮਿਸਾਲ ਮਿਲਦੀ ਆ ਧੰ ਸ੍ਰੀ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਜੀ ਦੀ ਇੰਨਾ ਪਿਆਰ ਪਰ ਮੈਂ ਜਦੋਂ ਭਾਈ ਗੁਰਦਾਸ ਜੀ ਦੀ ਜਦੋਂ ਆਪਾਂ ਇਹ ਵਾਰ ਵਾਰ ਵੇਖਦੇ ਆ ਨਾ ਜਦੋਂ ਕਹਿੰਨ ਕਹਿੰਦੇ ਮੁਰਦੇ ਵਾਂਗ ਮਰੀਦ ਹੋਏ ਗੁਰ ਗੌਰ ਗੁਰ ਗੌਰ ਦਾ ਕੀ ਮਤਲਬ ਆ ਉਮੀਦ ਸ਼ਾਂਸ ਲਈ ਦੇ ਸੈਂਟ ਟੂ ਇੰਗਲਿਸ਼ ਗੁਰਗੌਰ ਮੀਨਸ ਦ ਗੁਰੂਜ਼ ਗ੍ਰੇਵ ਵਾਟ ਡਿਜ਼ ਇਟ ਮੀਨ ਟੂ ਅਮਰਜ ਯੂਰ ਸੈਲਫ ਇਨ ਦ ਗੁਰੂਜ਼ ਗ੍ਰੇਵ ਤਾਂ ਉੱਥੇ ਜਦੋਂ ਪਾਛ ਜਿ ਫੇ ਪਾਛ ਭਾਈ ਗੁਰਦਾਸ ਜੀ ਕਹਿੰਦੇ ਕਹਿੰਦੇ ਵਾਰ ਅਲਖ ਅਲੇਖ ਹੈ ਉੱਥੇ ਅਸਲ ਵਿੱਚ ਨਾ ਭਾਈ ਲੈਣਾ ਜੀ ਨੇ ਆਪਣੇ ਆਪ ਨੂੰ ਉਹ ਗੁਰੂ ਦੀ ਗੌਰ ਵਿੱਚ ਵਾਰ ਲਿਆ ਸੀਗਾ ਭਾਈ ਲੈਣਾ ਜੀ ਵਾਟ ਡਿਜ਼ ਇ ਮੈਜਿਨ ਨਾਊ ਥਿੰਕ ਥਿੰਕ ਆਫ ਦਿਸ ਇਸ ਸੋਚੋ ਗਨ ਜੇ ਕਿਸੇ ਕੋਈ ਮਰਦੇ ਹੋ ਨੂੰ ਦਬਾਇਆ ਹੋਵੇ ਕਿਸੇ ਨੇ ਤਾਂ ਗੁਰਸਿੱਖ ਪਰ ਉਹ ਮਰਦੇ ਦਾ ਹਾਲ ਕੀ ਹੁੰਦਾ ਆ ਕੁਝ ਸਮੇਂ ਬਾਅਦ ਨਾ ਉਹ ਜ਼ਮੀਨ ਉਸ ਮਰਦੇ ਨੂੰ ਖਾ ਲੈਂਦੀ ਆ ਕੁਝ ਸਮੇਂ ਬਾਅਦ ਨਾ ਉਹ ਜਿਹੜੀ ਮਿੱਟੀ ਦਾ ਬਣਿਆ ਹੋਇਆ ਸਰੀਰ ਵੀ ਮਿੱਟੀ ਬਣ ਜਾਂਦਾ ਆ ਇੱਥੇ ਪਾਈ ਗੁਰਦਾਸ ਜੀ ਕਹਿ ਰਹੇ ਨੇ ਜੇ ਤੁਸੀਂ ਆਪਣੇ ਗੁਰੂ ਦੀ ਸੇਵਾ ਕਰਨੀ ਆ ਨਾ ਤੁਸੀਂ ਆਪਣੇ ਆਪ ਨੂੰ ਮਟਾ ਲਓ ਤੁਸੀਂ ਆਪਣੇ ਆਪ ਨੂੰ ਗੁਰੂ ਦੀ ਗੋਰ ਵਿੱਚ ਪਾ ਦਿਓ ਕਿਤੇ ਕੋਈ ਸਮਾਂ ਜਦੋਂ ਲੰਘੇ ਨਾ ਜਦੋਂ ਤੁਹਾਡੇ ਵੱਲ ਕੋਈ ਵੇਖੇ ਉਹਨੂੰ ਪਛਾਣ ਹੀ ਨਾ ਹੋਵੇ ਕਿ ਸਿੱਖ ਆ ਕਿ ਇਹ ਗੁਰੂ ਆ ਉਹਨੂੰ ਇੱਕ ਗੁਰੂ ਦੀ ਝਲਕ ਹੀ ਪਾਵੇ ਉਸ ਸਿੱਖ ਦੇ ਅੰਦਰ ਅਸਲ ਵਿੱਚ ਗੁਰੂ ਅੰਗਦ ਦੇਵ ਜੀ ਭਾਈ ਲੈਣਾ ਜਿਨੇ ਨਾ ਆਪਣੇ ਆਪ ਨੂੰ ਇਸ ਗੁਰੂ ਦੀ ਗੌਰ ਵਿੱਚ ਪਾ ਦਿੱਤਾ ਤਾਂ ਕੁਝ ਸਮੇਂ ਬਾਅਦ ਪਰਖਾਂ ਕਰ ਕਰਕੇ ਕਰ ਕਰਕੇ ਸੋਧ ਕੇ ਉਸ ਭਾਈ ਲੈਣਾ ਜੀ ਨੂੰ ਕੁਝ ਸਮੇਂ ਬਾਅਦ ਭਾਈ ਲੈਣਾ ਰਿਆ ਹੀ ਨਹੀਂ ਤਾਂ ਉੱਥੇ ਗੁਰੂ ਨਾਨਕ ਦਾ ਰੂਪ ਹੀ ਬਣ ਗਏ ਭਾਈ ਲੈਣਾ ਜੀ ਸੋ ਗੁਰਸਿੱਖ ਪਿਆਰੇਓ ਅੱਜ ਬਸ ਕੇਵਲ ਨਾ ਇਤਨੀਆਂ ਹੀ ਬੇਨਤੀਆਂ ਕਰਨੀਆਂ ਆਪਦੇ ਨਾਲ ਕਰਕੇ ਸਮਾਂ ਬਹੁਤ ਹੋ ਗਿਆ ਅਸੀਂ ਇਹ ਨਹੀਂ ਚਾਹੁੰਦੇ ਕਿ ਸਵੇਰ ਨੂੰ ਕੋਈ ਦਰਬਾਰ ਵਾਸਤੇ ਸਿਮਰਨ ਦੇ ਜਾਪ ਵਾਸਤੇ ਕਿ ਕੋਈ ਨਾ ਉੱਠੇ ਸੋ ਗੁਰਸਿੱਖ ਪਿਆਰਿਓ ਅੱਜ ਵਾਸਤੇ ਨਾ ਇਤਨੀਆਂ ਹੀ ਬੇਨਤੀਆਂ ਪ੍ਰਵਾਨ ਏਕ ਨਹੀਂ ਪਰ ਅਨੇਕਾਂ ਹੀ ਗਲਤੀਆਂ ਹੋਊਗੀਆਂ ਹਣ ਅਣਜਾਣ ਬੱਚਾ ਸਮਝ ਕੇ ਮਾਫ਼ ਕਰ ਦੇਣਾ ਆਓ ਸਾਰੇ ਆਪਾਂ ਰਲ ਮਿਲ ਕੇ ਬੁਲਾਈਏ ਫਤਿਹ वाहगुरु जी का खालसा वाहेगुरु जी की फतेह वा गुरु